ना नहीं होगी शुरू इतने रहने की सीधी है तीना भी है मर्जी प्यारे यार मैं का बंद तेरे डैडी ना पढ़ाई यार भी राम किताब मैं का बंदा वाला मुंडा वाला तो तू निकाल जाना ही तू ऐसी कोई रिक्त थी मैं तैयार हूँ क्योंकि हाँ मेरे में नहीं मैं डैडी है पर मेरा चौर ही ना नॉलेज आ रहा अच्छा फिर हमने मैं तैयार तुम तो पता नहीं कितना होगी वो बड़ा खाना ही खाना लिया बंदा फंस गया था मैं वो बाघों निकल गया मैं भी जानी की सेवा कर रहा है जो मर्जी कर दे तो काम कर रहा है ट्रक वो भी देख रहा हेलो होर आ गया होर आ गया तो हूं तो नहीं टक्कन गए मैं टिप्पण जो तू लिख ला फिर कोई टकदा अच्छा बहुत सेवा मैनूं हो गए दो साल वीडियो बनी जे वेखो वीडियो तेरी शुरू तो ही मैं बना एक मिनट ऐ मेनू रिलीज करन नूं डक्या ही ते ए बंदा ना उथो नाल ही कहना मेनू कहना तू गड्डी च बह तेन मैं एक मिनट तू किधर आया हा है सो हा अपने मां प्यो मेरे को वीडियो शुरू तो बनी हूं तेरी मैं इसे करके तेन पूछया है टोर ना अंदर आया ओदी वीडियो बनी हो तेरी मैं ओरा दी तू दल्ला पूछदा आ देखो आ री एक्टिवा जे आ भी हुन की बना चोरी री आ काली आ आ पीबी 46 वाए आ की बनाउणा भी चोरी दी नहीं आ या दल्ला रखया ना पुलिस वाले ने पैसे इकट्ठे करन ली आ आ मेरे को लेना सो खाना मैं वीडियो शुरू तो बनी तू मैं आश्रम तू मैं क्या तेरा 15-20 हज़ार का चलान होना तेरा मैं 3 हज़ार से लपेट देना हां वे तेरी वीडियो मेरे को शुरू तो बनी है हैं चल कोई गल नहीं आ जे दल्ला पुलिस वाले दा दल्ला है जी एक नंबर किरे ना किने भेजा ही तेन सब इंस्पेक्टर का की ना ही ਜਿਹਨੇ ਤੈਨੂੰ ਭੇਜਿਆ ਸਬ ਇੰਸਪੈਕਟਰ ਮੈਨੂੰ ਕਿਸੇ ਨੇ ਭੇਜਿਆਗਾ ਤੇ ਤੂੰ ਇੱਥੇ ਕਰ ਲਾਇਆ ਮੇਰਾ ਆਸਨ ਬਣਾ ਰਿਹਾ ਹਾਂ ਨਹੀਂ ਦੱਸਾ ਲੱਗਦਾ ਦੇਖੋ ਪੈਸੇ ਲੈਣਾ ਹਾਂ ਦੇਖੋ ਕਾਰੇ ਪੈਸੇ ਲੈਣਾ ਹੈ ਡੈਡੀ ਯਾਰ ਇਹਨਾਂ ਦਾ ਮੇਰਾ ਮੇਰੀ ਪੈਨਸ਼ਨ ਕਟਾਉਣੀ ਹਾਂ ਵੇਖੋ ਪਤਾ ਨਹੀਂ ਕਿਹੜੇ ਆਸ਼ਰਮ ਦਾ ਕਰਕੇ ਆ ਕਿਹਦੇ ਨਾਂ ਦੀ ਤਨਤਨ ਬਾਬਾ ਬੁੱਢਾ ਜੀ ਬ੍ਰਿਧ ਆਸ਼ਰਮ ਪਤਾ ਨਹੀਂ ਕਦੋਂ ਤੋਂ ਲੋਕਾਂ ਦੀਆਂ ਪਰਚੀਆਂ ਕੱਟ ਕੇ ਇੱਥੋਂ ਵੀ ਪੈਸੇ ਖਾਣ ਦਿਆ ਜੇ ਤੂੰ ਆ ਦੱਲਾ ਇੱਧਰ ਆਇਆ ਪੈਸੇ ਲੈਣ ਤੈਨੂੰ ਹੁਣ ਮੈਂ ਦੱਸਦਾ ਵਾਂ ਕਿ ਪੈਸੇ ਕਿਹ ਕੋਲ ਲਈ ਦੇ ਕਿੱਦਾਂ ਦੁਕਾਨ ਤੋਂ ਕਰਾਈਆਂ ਸਾਲ ਆ ਤੂੰ ਮੈਨੂੰ ਗੱਡੀ ਡੱਕੀ ਦੇ ਅੱਗੋਂ ਕਹਿਣ ਆਇਆ ਕਿ ਆ ਮੈਂ ਤੇਰੀ ਗੱਡੀ ਛਡਾ ਕੇ ਦਵਾਂ ਤੂੰ ਆਹੀ ਕਹਿਣਾ ਚਲੋ ਕੋਈ ਗੱਲ ਨਹੀਂ ਮੈਂ ਜੋ ਮਰਜ਼ੀ ਕਹੀ ਹੁਣ ਚੱਲੇ ਇਹਨੂੰ ਲੈ ਗਏ ਉੱਥੇ ਹੀ ਜਿੱਥੇ ਇਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਸੀ ਨਾ ਉੱਥੇ ਹੀ ਇਹਨੂੰ ਆ ਦੱਲਾ ਹੈਗਾ ਪੁਲਿਸ ਵਾਲਿਆਂ ਦਾ ਉੱਥੇ ਚੱਲਿਆਂ ਨੂੰ ਲੈ ਗਏ ਇਹਨੂੰ 3 ਹਜ਼ਾਰ ਉੱਥੇ ਦਵਾਉਣਾ ਮੈਂ ਉਹਨਾਂ ਨੂੰ ਵੀ ਪੁੱਛਦਾ ਕਿ ਆਹ ਦੱਲਾ ਪਹਿਲਾਂ ਆਉਂਦਾ ਮੈਂ ਸਰਕਾਰੀ ਆ ਫਿਰ ਤੁਸੀਂ ਕਹਿੰਦੇ ਪ੍ਰਾਈਵੇਟ ਆ
ਤੇ ਸਕੂਟਰੀ ਤੁਸੀਂ ਆਪਣੀ ਦਿੱਤੀ ਆ ਵੀਡੀਓ ਨਾ ਬੰਦ ਰੱਖੀ ਵੀਡੀਓ ਚਾਲੂ ਹੀ ਰੱਖੀ ਇਹਨਾਂ ਨੂੰ ਪੂਰਾ ਇੱਕ ਵਾਰੀ ਇਹਨਾਂ ਦਾ ਦੱਲਾ ਪੁਣਾ ਮੈਂ ਕੱਢਣਾ ਕਿ ਮਾੜੇ ਬੰਦਿਆਂ ਨਾਲ ਕਿੱਦਾਂ ਧੱਕਾ ਕਰਦੇ ਹੋਣਗੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਇਹ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਕਿ ਆਹ ਬਦਲਾਵ ਲਿਆਉਣਾ ਚਾਹੁੰਦੇ ਜੇ ਕਿ ਅੱਗੇ ਪੁਲਿਸ ਡਾਇਰੈਕਟ ਪੈਸੇ ਮੰਗ ਲੈਂਦੀ ਅੱਜ ਕੱਲ੍ਹ ਨਾ ਪ੍ਰਾਈਵੇਟ ਥੱਲੇ ਰੱਖ ਲਏ ਆ ਮਾਨ ਸਾਹਿਬ ਡੀ ਜੀ ਪੀ ਸਾਹਿਬ ਅਤੇ ਬਹੁਤ ਹੀ ਸਤਿਕਾਰਯੋਗ ਡੀ ਸੀ ਪੀ ਪੰਡਾਲ ਜੀ ਜਿਹੜੀਆਂ ਤੁਸੀਂ ਲੋਕਾਂ ਨੂੰ ਹਦਾਇਤਾਂ ਦਿੰਦੇ ਜੇ ਨਿਊਜ਼ ਚੈਨਲਾਂ 'ਚ ਇੰਟਰਵਿਊ ਦਿੰਦੇ ਜੇ ਕਿ ਅਸੀਂ ਬੰਦਾ ਬੜਾ ਸੁਧਾਰਤਾ ਅੰਮ੍ਰਿਤਸਰ ਸ਼ਹਿਰ ਸੁਧਾਰਤਾ ਆਹ ਸੁਧਾਰਿਆ ਕਿ ਅੱਜ ਕੱਲ੍ਹ ਖੁੱਲ੍ਹ ਕੇ ਰਿਸ਼ਵਤ ਨਹੀਂ ਲੈਂਦੇ ਅੱਜ ਕੱਲ੍ਹ ਹੋਮ ਡਿਲੀਵਰੀ ਸ਼ੁਰੂ ਹੋ ਗਈ ਆ ਕਿ ਤੁਹਾਡੇ ਕੋਲ ਜੇਬ 'ਚ ਪੈਸੇ ਨਹੀਂ ਹੈਗੇ ਤਾਂ ਤੁਸੀਂ ਬੰਦਾ ਨਾਲ ਭੇਜ ਦਿਓ ਅਤੇ ਪੈਸੇ ਤੁਹਾਡੇ ਕੋਲ ਮੁੰਡਾ ਘਰੋਂ ਲੈ ਰਹੀ ਇਸ ਹਿਸਾਬ ਦੀ ਕਰਪਸ਼ਨ ਹੋਣੀ ਸ਼ੁਰੂ ਹੋ ਗਈ ਆ ਬੜੀ ਨੀਚ ਹਰਕਤ ਆ ਪੰਜਾਬ ਪੁਲਿਸ ਦੀ ਬੜੇ ਬੜੇ ਅਫਸਰ ਘੈਂਟ ਆ ਮੈਂ ਸਾਰੇ ਪੰਜਾਬ ਪੁਲਿਸ ਨੂੰ ਨਹੀਂ ਇਸ ਦਲਦਲ 'ਚ ਸੁੱਟ ਰਿਹਾ ਬੜੀ ਤਰ੍ਹਾਂ ਦੀ ਵਧੀਆ ਪੁਲਿਸ ਆ ਹਿੰਮਤ ਵਾਲੀ ਪੁਲਿਸ ਆ ਇਮਾਨਦਾਰ ਪੁਲਿਸ ਆ ਪਰ ਜਿਹੜੇ ਦੱਲਿਆਂ ਨੇ ਗਾਂਹ ਦੱਲੇ ਰੱਖੇ ਆ ਇਹਨਾਂ ਦਾ ਦੱਸੋ ਕੀ ਕਰੀਏ ਪ੍ਰਾਈਵੇਟ ਦੱਲੇ ਰੱਖ ਲਏ ਸਕੂਟਰੀ ਦੇ ਕੇ ਭੇਜਿਆ ਕਿ ਬੰਦੇ ਕੋਲ ਪੈਸੇ ਲਏ ਆ ਅਤੇ ਅੱਗੋਂ ਕਿਹਾ ਕਿ ਤੈਨੂੰ ਕੋਈ ਸ਼ਹਿਰ 'ਚ ਡੱਕੂਗਾ ਨਹੀਂ ਅਤੇ ਇਹ ਚਾਰੇ ਪੰਜੇ ਜਣੇ ਰਲੇ ਸੀ ਓਏ ਕਿੰਨੇ ਕਿੰਨੇ ਤੈਨੂੰ ਭੇਜਿਆ ਸੀ ਵੇਖੋ ਇਹ ਚੀਜ਼ਾਂ ਕਿੰਨੀਆਂ ਸਰਕਾਰ ਨੇ ਕੀਤੀਆਂ ਸ਼ੁਰੂ ਕਿ ਦੱਲੇ ਰੱਖ ਲਏ ਆ ਉਹ ਉਹ ਬੈਠੇ ਮੁਲਾਜ਼ਮ ਜਾਨ ਨੇ ਉਹਨਾਂ ਇਹਨਾਂ ਦੇ ਕੋਲ ਹੀ ਚੱਲੇ ਆ ਮੁਲਾਜ਼ਮਾਂ ਦੇ ਕੋਲ ਹੀ ਜਿਹੜੇ ਮੇਰੇ ਭਰਾ ਬੈਠੇ ਸੀ ਨਾਕਾ ਲਾ ਕੇ ਇਹਨਾਂ ਮੇਰੇ ਨਾਲ ਵੀ ਹਲੇ ਸਵਾਲ ਜਵਾਬ ਕਰਨੇ ਆ ਮੇਰੇ ਨਾਲ ਕਰਨਗੇ ਪਰ ਮੈਂ ਜੋ ਮੇਰੀ ਲੀਗਲੀ ਜੋ ਮੇਰਾ ਹੋਊਗਾ ਉਹ ਮੈਂ ਹਰਜਾਨਾ ਭਰੂੰਗਾ ਮੈਨੂੰ ਉਹਨਾਂ ਕੋਈ ਚੱਕਰ ਨਹੀਂ ਪਰ ਇਹ ਜਿਹੜੀ ਗੁੰਡਾਗਰਦੀ ਕਰਪਸ਼ਨ ਆਹ ਨਾਕਾ ਜੀ ਆਹ ਨਾਕੇ ਦੇ ਮੈਂ ਤੁਹਾਨੂੰ ਲੈ ਕੇ ਚੱਲਿਆ ਆਹ ਜਾਣੇ ਆ ਅਤੇ ਆਹ ਇਹਨਾਂ ਦਾ ਦੱਲਾ ਗੱਡੀ ਜਿਵੇਂ ਭਾ ਕੇ ਲਿਆਉਂਦਾ ਆਹ ਬੰਦੇ ਬੈਠੇ ਆ ਇਹ ਆ ਜਾ ਥੱਲੇ ਵੀਡੀਓ ਔਨ ਰੱਖੀ ਵੀਡੀਓ ਨਾ ਬੰਦ ਕਰੀ ਠੀਕ ਹੈ ਮੇਰਾ ਭਰਾ ਕੀ ਗੱਲ ਖੁੱਲ ਕੇ ਕਰ ਸਕੂਟਰੀਆਂ ਦੇ ਕੇ ਘਰੋ ਘਰੀ ਹੋਮ ਡਿਲੀਵਰੀ ਦਾ ਕਰਪਸ਼ਨ ਦਾ ਕੰਮ ਸ਼ੁਰੂ ਕਰ ਲਿਆ ਭਾਜੀ ਮੈਂ ਨੀ ਕੋਈ ਕੀਤਾ ਹੈਗਾ ਸਕੂਟਰੀ ਕਹਿੰਦੀ ਭਾਜੀ ਕਾਰਵਾਈ ਦੇ ਬੰਦੀ ਇੱਕ 420 ਦਾ ਪਰਚਾ ਇਹਦੇ ਤੇ ਪਲੱਸ ਜਿੰਨੇ ਇਲਾਕੇ ਦੇ ਬੰਦੇ ਖੜੇ ਸਾਰੇ ਸਸਪੈਂਡ ਚਾਹੀਦੇ ਆ ਕਿ ਜਿੰਨਾ ਕਰਪਸ਼ਨ ਦਾ ਕੰਮ ਸ਼ੁਰੂ ਕੀਤਾ ਆ ਹੋਮ ਡਿਲੀਵਰੀ ਦਾ ਕੰਮ ਇਹਨਾਂ ਸ਼ੁਰੂ ਕਰਕੇ ਲੋਕਾਂ ਘਰੋ ਘਰੀ ਕਰਪਸ਼ਨ ਦਾ ਕੰਮ ਸ਼ੁਰੂ ਕੀਤਾ ਜੇ ਪਤਾ ਨੀ ਕਿੰਨੇ ਕੁ ਜਣੇ ਠੱਗੀ ਦਾ ਸ਼ਿਕਾਰ ਹੋਏ ਹੋਣ ਜੇ ਐਨ ਜੀ ਓ ਦੀ ਵੀ ਜਾਂਚ ਕੀਤੀ ਜਾਵੇ ਕਦੋਂ ਕਿੰਨੇ ਪੈਸੇ ਗਏ ਆ ਕੀ ਆ ਕੀ ਕੁਛ ਕਰਦੇ ਆ ਰਲ ਕੇ ਇਹ ਬੰਦੇ ਕੋ ਕੋਈ ਥੋਟੀ ਗਈ ਮੇਰੀ ਗੱਡੀ ਦੀ ਤਲਾਸ਼ੀ ਲੈਣ ਦੀ ਮੈਂ ਕੋਈ ਨਹੀਂ ਟੋਕੀ ਗੱਡੀ ਤੂੰ ਨਹੀਂ ਭਾਰੀ ਕੋਲੀ ਆ ਕੈਮਰੇ ਸੀਸੀਟੀਵੀ ਨਹੀਂ ਕੋਲ ਨਹੀਂ ਹੱਥ ਆਇਆ ਮੈਂ ਹਾਂ ਇਹ ਹੱਥ ਆਇਆ ਮੈਂ ਪਿਛਲੀ ਵਾਰੀ ਕੋਲੀ ਤੇ ਕੋਲ ਲੋਕ ਨਹੀਂ 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 ਕੋਲੀ ਖੋਲੀ ਉਹ ਤੇ ਖੋਲੀ ਆ ਸੀਸੀਟੀਵੀ ਇਹਦੀ ਵੀ ਕਢਾ ਲਵੀ ਕਢਾ ਲਾ ਜਿਹੜੀ ਭਾਜੀ ਮੈਂ ਕਰ ਹਾਂ ਹਾਂ ਭਾਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਲਿਆ ਇਹਨਾਂ ਕੀ ਤੂੰ ਕਹਦਾ ਸ਼੍ਰੀਮਾਨ ਜੀ ਨਹੀਂ ਤੁਸੀਂ ਮੈਨੂੰ ਕਹਿੰਦਾ ਡੱਕਣ ਦੇ ਰਹੇ ਸਕੂਟਰੀ ਲੈ ਕੇ ਮੇਰੀ ਦੁਕਾਨ ਤੇ ਕਰਨਾ ਹੈ
ਸਰਕਾਰੀ ਮਲਾਈ ਨਾ ਤੇਰੀ ਵੀਡੀਓ ਕੀ ਕੀ ਕਹਿੰਦਾ ਮੈਂ ਸਰਕਾਰੀ ਲਟਾ ਰਿਹਾ ਮੈਂ ਕਿਹਾ ਗੱਲਾਂ ਰੱਖਿਆ ਮੇਰੇ ਇਹ ਦੱਲਾ ਵਾ ਤੇ ਫੇਰ ਤੂੰ ਹੀ ਕਿਹੜੀ ਗੱਲ ਡੱਕ ਰਿਹਾ ਬਹਿ ਗੱਡੀ ਓਏ ਬਾਹਰ ਮਾਰਨਾ ਮੈਂ ਗੱਲ ਵਾ ਤੂੰ ਭੈਣ ਤੇਰਾ ਪੈ ਕਰ ਲੈ ਲੈ ਮੇਰੇ ਹੈਂ ਜੇ ਜਾਏ ਉਹ ਲੈ ਲੈ ਆ ਮੈਂ ਫੋਨ ਕਰੀਆ ਮੈਂ ਅੱਗੇ ਜੀ ਨੂੰ ਆਪਣੇ ਮਿੱਟਲ ਫੋਨ ਕਰ ਬਾਹਰ ਹੋਣੇ ਆ ਜੀ ਮੇਰੇ ਫੋਨ ਕੱਢੀ ਕਿ ਫੋਨ ਕੱਢੀ ਯਾਰ ਆਪਾਂ ਜੀ ਕਿਸੇ ਹੋਰ ਕਰ ਵੀਡੀਓ ਕਿਹਦੇ ਫੋਨ ਆ ਵੇਖੋ ਇਹਦਾ ਵੀ ਇਹਨਾਂ ਲੈਂਦਾ ਨੰਬਰ ਇਹਨਾਂ ਲਖਦਾ ਆ ਬੋਲ ਲੈ दुकान ते की गड्डी मेरी गड्डी ठीक है इंजन ही लेने।